ਇਹ ਅੱਜ ਤੋਂ ਇੱਕ ਮਹੀਨਾ ਪਹਿਲਾਂ ਮੈਨੂੰ ਹੈਮਰੋਇਡ ਸੀਗੇ ਗ੍ਰੇਡ 1 ਦੇ, ਅਤੇ ਉਸ ਤੋਂ ਬਾਅਦ ਮੈਂ ਡਾਕਟਰ ਜਸਮੀਤ ਸਿੰਘ ਅਲੂਵਾਲੀਆ ਜੀ ਨਾਲ ਮਿਲਿਆ ਅਤੇ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਕਿ ਇਸ ਦੀ ਲੇਜ਼ਰ ਸਰਜਰੀ ਕਰਵਾਈ ਲੈਣ ਤੁਸੀਂ। ਉਸ ਤੋਂ ਬਾਅਦ ਮੈਂ ਲੇਜ਼ਰ ਸਰਜਰੀ ਕਰਵਾਈ ਜਿਹੜੀ ਕਿ ਸਫਲ ਰਹੀ। ਹੈਲੋ, ਮੈਂ ਕਪੂਰਥਲਾ ਤੋਂ ਬਿਲੋਂਗ ਕਰਦਾ ਜੀ। ਇਹ ਅੱਜ ਤੋਂ ਇੱਕ ਮਹੀਨਾ ਪਹਿਲਾਂ ਮੈਨੂੰ ਹੈਮਰੋਇਡ ਸੀਗੇ ਗ੍ਰੇਡ 1 ਦੇ, ਅਤੇ ਮੈਂ ਯੂਟਿਊਬ 'ਤੇ ਸਰਚ ਕੀਤਾ ਅਤੇ ਉੱਥੇ ਸਟਾਰ ਹੋਸਪਿਟਲ ਬਾਰੇ ਮੈਨੂੰ ਪਤਾ ਲੱਗਾ, ਅਤੇ ਉਸ ਤੋਂ ਬਾਅਦ ਮੈਂ ਡਾਕਟਰ ਜਸਮੀਤ ਸਿੰਘ ਅਲੂਵਾਲੀਆ ਜੀ ਨਾਲ ਮਿਲਿਆ ਅਤੇ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਕਿ ਇਸ ਦੀ ਲੇਜ਼ਰ ਸਰਜਰੀ ਕਰਵਾਈ ਲਓ ਤੁਸੀਂ। ਉਸ ਤੋਂ ਬਾਅਦ ਮੈਂ ਲੇਜ਼ਰ ਸਰਜਰੀ ਕਰਵਾਈ ਜਿਹੜੀ ਕਿ ਸਫਲ ਰਹੀ, ਅਤੇ ਮੈਂ ਬਹੁਤ ਰਿਲੈਕਸ ਫੀਲ ਕਰ ਲਿਆ ਹੁਣ। ਸਰਜਰੀ ਤੋਂ ਤਕਰੀਬਨ 4 ਘੰਟੇ ਬਾਅਦ ਮੈਨੂੰ ਡਿਸਚਾਰਜ ਕਰ ਦਿੱਤਾ ਗਿਆ ਅਤੇ ਮੈਂ ਆਰਾਮ ਨਾਲ ਤੁਰ ਫਿਰ ਸਕਦਾ ਸੀ। ਇਸ ਵਿੱਚ ਕੁਛ ਵੀ ਮੈਨੂੰ ਦਿੱਕਤ ਨਹੀਂ ਆਈ ਅਤੇ ਸਟਾਫ ਬਹੁਤ ਵਧੀਆ ਸੀ, ਬਹੁਤ ਕੋਪਰੇਟਿਵ ਸੀ। ਸਾਰੇ ਸਟਾਫ ਮੈਂਬਰਸ ਮੈਨੂੰ ਚੰਗੀ ਤਰ੍ਹਾਂ ਟ੍ਰੀਟ ਕੀਤਾ ਅਤੇ ਮੇਰੀ ਸਰਜਰੀ ਵਧੀਆ ਰਹੀ। ਜੇ ਕਿਸੇ ਨੂੰ ਵੀ ਕੋਈ ਤਕਲੀਫ ਹੈਮਰੋਇਡਸ ਦੇ ਰਿਗਾਰਡਿੰਗ ਜਾਂ ਹੋਰ ਕਿਸੇ ਦੇ ਰਿਗਾਰਡਿੰਗ ਆਉਂਦੀ ਆ, ਤਾਂ ਤੁਸੀਂ ਜ਼ਰੂਰ ਸਟਾਰ ਹੋਸਪਿਟਲ ਵਿਜ਼ਿਟ ਕਰੋ ਅਤੇ ਸਫਲ ਪੂਰਵਕ ਆਪਣਾ ਇਲਾਜ ਕਰਾਓ।